अस्सलाम वालेकुम नाज़रीन, की हाल है? ठीक है। मेरा नाम सुहेल रज़ा, सब जानते हैं, आप भी जान जाएं, मेरा नाम सुहेल रज़ा है। मैं इतने क्यों आया वहाँ तुहानू, मैं इनकी वजह आप ही दस दिना है, क्योंकि तुहानू आप नू पता नहीं लगना, ठीक है ना। मैं असल दे विच अपनी खाला के घर सीगा, उत्थे मैं कीती हुई अपनी कज़न सैट, बड़ी मुश्किलों के नाल उन्हें नाल मैं विआह की गल तोड़ी है कि घर वाले बड़ी मुश्किलों के नाल मन्ने ने, तो मैं उन्हें जरा प्यार दियाँ पींगा पा रहा सीगा, तो उत्तों ही मैनू फोन आ गया सरमद आफताब जदरान दा। वो कहते हैं मेरी यार जरा तबीयत खराब है, तो तू जरा जाके जरा पॉडकास्ट में जरा होस्ट कर ले, मेरी भी आप तबीयत खराब है, खंघ तुम लग तो यही होगी पता है। चलो कोई नहीं, यार बाहर आए तो आप इतने तुर के आ गए है, कोई गल नहीं। असी तो अज साढ़े जोड़े मेहमान ने अपना की नाम है तुहाडे वड्डे मूंह वाले? थैंक यू फॉर द इंट्रोडक्शन। मेरा नाम जहांजेब अहमद खान है। जी जहांजेब अहमद खान है इनका नाम है। ये आप जरा कंप्लीट इंट्रो ते ले लो, लो जो अपनी पाना शुरू कर देंदे हो तुसी। नहीं नहीं करो, नहीं मेरा कहने का मकसद है कि मेरा नाम जहांजेब अहमद खान है, मैं मोटिवेशन ट्रेनर हाँ, नाल ही स्ट्रैटेजिस्ट भी हाँ। ਤੁਹਾਡਾ ਕੀ ਮਸਲਾ ਹੈ ਅਤੇ ਦੱਸੋ ਜਿਹੜਾ ਤੁਸੀਂ ਦੱਸ ਰਹੇ ਸੋ ਬਿਹਾਈਂਡ ਦ ਸੀਨਸ? ਵੈਸੇ ਤੁਹਾਡੇ ਹੱਥਾਂ ਨੂੰ ਵੇਖ ਕੇ ਲੱਗ ਨਹੀਂ ਰਿਹਾ ਕਿ ਤੁਸੀਂ ਮੋਟੀਵੇਸ਼ਨਲ ਟ੍ਰੇਨਰ ਹੋ, ਤੁਸੀਂ ਲੱਗਦਾ ਚਬੁਰਜੀ 'ਤੇ ਬਹਿ ਕੇ ਮਾਲਿਸ਼ ਕਰਦੇ ਹੋ? ਦੋਵੇਂ ਕੰਮ ਕਰੀਦੇ ਨੇ ਹਾਂ। ਇਹ ਜਿਹੜੀ ਅਸੀਂ ਮਾਲਿਸ਼ ਕਰਦੇ ਹਾਂ ਨਾ, ਇਹ ਤੁਹਾਡੇ ਵਰਗਿਆਂ ਦੇ ਦਿਮਾਗ ਨੂੰ ਖੋਲ ਕੇ ਅਤੇ ਮਾਲਿਸ਼ ਕਰਕੇ ਅਤੇ ਫਿਰ ਪੈਟਰੋਲ ਪਾ ਕੇ ਅਤੇ ਫਿੱਟ ਧੋ ਕੇ ਨਾ ਫਿੱਟ ਕਰਦੇ ਨੇ। ਓਏ ਰਜ਼ੀ ਰਜ਼ੀ, ਉਹ ਤਾਂ ਤੇਲ ਲੈ ਕੇ ਆਈ, ਜ਼ਰਾ ਮੈਂ ਇਹਨੂੰ ਮਾਲਿਸ਼ ਕਰਾਉਣੀ ਸਿਰ ਦੀ ਬਾਅਦ 'ਚੋਂ ਜ਼ਰਾ ਲੈ ਕੇ ਆਈ, ਠੀਕ ਹੋ ਗਿਆ। ਅੱਛਾ ਜੀ, ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਭਾਈਜਾਨ, ਉਹ ਹੈਗਾ ਰਿਲੇਸ਼ਨਸ਼ਿਪ, ਠੀਕ ਹੈ ਨਾ। ਇਹਦੇ ਬਾਰੇ ਜ਼ਰਾ ਦੱਸੋ, ਰਿਲੇਸ਼ਨਸ਼ਿਪ ਦਾ ਮਤਲਬ ਕੀ ਅਸਲ ਦੇ ਵਿੱਚ? ਇਹ ਤਾਂ ਪਹਿਲੇ ਤੁਸੀਂ ਦੱਸੋ ਨਾ, ਜਿਹੜਾ ਤੁਸੀਂ ਰਿਲੇਸ਼ਨਸ਼ਿਪ ਬਣਾ ਕੇ ਆਏ ਹੋ ਉਹਦਾ ਮਤਲਬ ਕੀ ਹੈ, ਜਿਹੜਾ ਤੁਸੀਂ ਸਾਰੀ ਆਵਾਮ ਨੂੰ ਦੱਸਣ ਡੇ ਹੋ? ਜੀ ਉਹ ਜਿਹੜਾ ਰਿਲੇਸ਼ਨਸ਼ਿਪ ਹੈਗਾ ਉਹਦੇ ਪਿੱਛੇ ਤਾਂ ਬਈ ਮੈਂ ਕੀਤੀ ਬੜੀ ਮਿਹਨਤ। ਕੀ ਮਿਹਨਤਾਂ ਕੀਤੀਆਂ ਨੇ, ਕੀ ਕਿਹੜੇ ਟੈਂਕੀ ਟਾਪੇ ਖੋਲੇ ਨੇ, ਕੀ ਕੀਤਾ ਦੱਸੋ ਤਾਂ ਸਹੀ, ਸਾਨੂੰ ਵੀ ਪਤਾ ਲੱਗੇ। ਇਹ ਤਾਂ ਫਿਰ ਤੁਸੀਂ ਕਹਦੇ ਮੋਟੀਵੇਸ਼ਨਲ ਟ੍ਰੇਨ, ਤੁਹਾਨੂੰ ਮੈਂ ਕਾਹਦੇ ਵਾਸਤੇ ਬੁਲਾਇਆ, ਰੋਟੀ ਖਵਾਉਣ ਵਾਸਤੇ ਬੁਲਾਇਆ? ਦੱਸੋ ਤੁਸੀਂ ਤੁਹਾਡਾ ਜਿਹੜਾ ਮਸਲਾ ਹੋਏਗਾ ਉਹ ਮੈਂ ਫਿੱਟ ਕਰਾਂਗਾ, ਉਹ ਤਾਂ ਦੱਸੋ ਨਾ। ਇਕੱਲਾ ਮੇਰਾ ਮਸਲਾ ਨਹੀਂ ਹੈ, ਮਸਲਾ ਪੂਰੀ ਆਵਾਮ ਦਾ ਹੈ, ਜਨਤਾ ਦਾ ਹੈ, ਪੂਰੀ ਦੁਨੀਆ ਤੁਹਾਨੂੰ ਵੇਖ ਰਹੀ ਹੋਏਗੀ ਉੱਥੇ। ਤੁਸੀਂ ਉਹਨਾਂ ਦੱਸੋ ਕਿ ਰਿਲੇਸ਼ਨ, ਪਹਿਲਾਂ ਚਲੋ ਮੈਂ ਸਵਾਲ ਆਪੇ ਤੁਹਾਡੇ ਕੋਲ ਪੁੱਛ ਲੈਣਾ, ਬੜਾ ਤੁਹਾਡਾ ਕੁਐਸਚਨ ਮਾਰਕਸ ਵਰਗਾ ਮੂੰਹ ਹੈਗਾ। ਤੁਸੀਂ ਉਹ ਸਵਾਲ ਤੁਸੀਂ ਕਰਨਾ, ਮੈਂ ਜਵਾਬ। ਅੱਛਾ, ਮੇਰਾ ਸਵਾਲ ਇਹ ਹੈਗਾ ਕਿ ਜਿਹੜੀ ਆਵਾਮ ਹੈਗੀ ਹੈ ਉਹ ਸਾਰੀ ਦਿਹਾੜੀ ਜਿਹੜੀ ਹੈਗੀ ਸੈੱਟ ਕਰਨ ਦੇ ਚੱਕਰਾਂ ਜਾਂਦੀ, ਕੋਈ ਬੱਚੀ ਸੈੱਟ ਹੋ ਜਾਵੇ, ਕੋਈ ਬੱਚੀ ਸੈੱਟ ਹੋ ਜਾਵੇ, ਐਂਡ 'ਤੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਇੱਕ ਫਰੈਂਡ ਜ਼ੋਨ ਦੇ ਅੰਦਰ ਆ ਜਾਂਦੇ ਨੇ, ਅਤੇ ਉਹ ਫਿਰ ਕੀ ਕਰਦੇ ਨੇ, ਕਿਤਾਬਾਂ ਦੇ ਉੱਤੇ ਸ਼ਾਇਰੀ ਲਿਖ ਦਿੱਤੀ, ਨੋਟ ਦੇ ਉੱਤੇ ਸ਼ਾਇਰੀ ਲਿਖ ਦਿੱਤੀ, ਕਦੀ ਕਿੱਥੇ ਸ਼ਾਇਰੀ ਲਿਖ ਦਿੱਤੀ, ਠੀਕ ਹੈ ਨਾ, ਅਤੇ ਸ਼ਾਇਰੀ ਉਹਨਾਂ ਨੂੰ ਆਉਂਦੀ ਨਹੀਂ, ਦੱਸੋ ਕੀ ਮਤਲਬ ਹੈ? ਦੇਖੋ ਕੋਸ਼ਿਸ਼ ਤਾਂ ਕਰ ਰਹੇ ਨੇ ਨਾ, ਜਦੋਂ ਵੀ ਕੋਈ ਕੰਮ ਸ਼ੁਰੂ ਕੀਤਾ ਜਾਂਦਾ ਤਾਂ ਕੋਸ਼ਿਸ਼ ਹੁੰਦੀ ਹੈ, ਅਤੇ ਐਸਾ ਐਸਾ ਬੰਦਾ ਨਾਲ ਹੀ ਤੁਹਾਡਾ ਇੰਪਰੂਵ ਕਰ ਲੈਂਦਾ, ਅਤੇ ਨਾਲ ਇੰਪਰੂਵਮੈਂਟ ਦਾ ਤਾਂ ਚਾਂਸ ਹਰ ਵੇਲੇ ਹਰ ਪਾਸੇ ਹੁੰਦਾ ਨਾ। ਤੁਸੀਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੋਗੀ ਆਲੇ ਦੁਆਲੇ, ਫਿਰ ਤੁਹਾਨੂੰ ਲੱਗਿਆ ਹੋਵੇਗਾ ਕਿ ਇਹ ਪਰਫੈਕਟ ਕੁੜੀ ਹੈ, ਅਤੇ ਫਿਰ ਤੁਸੀਂ ਉੱਥੇ ਗਏ, ਤਾਂ ਟਰਾਈ ਤਾਂ ਬੰਦਾ ਹਰ ਪਾਸੇ ਮਾਰਦਾ, ਪਰਫੈਕਸ਼ਨ ਐਂਡ 'ਚ ਆਉਂਦੀ ਹੈ। ਬਿਲਕੁਲ ਪਰਫੈਕਸ਼ਨ ਆਤੀ ਹੈ, ਇਸਕੇ ਸਾਥ ਹੀ ਮੈਂ ਪਰਫੈਕਸ਼ਨ ਵਰਡ ਸੇ ਮੈਂ ਉਰਦੂ ਕੀ ਤਰਫ ਆਤਾ ਹੂੰ। ਅਬ ਉਰਦੂ ਮੇਂ ਇਨਸੇ ਹਮ ਸਵਾਲਾਤ ਕਰੇਂਗੇ ਨਾਜ਼ਰੀਨ। ਮੇਰਾ ਅਗਲਾ ਸਵਾਲ ਆਪਸੇ ਯੇ ਹੈ, ਭਾਈ ਕੋ ਪਤਾ ਲੱਗ ਗਿਆ ਥਾ ਮੇਰਾ ਹੱਥ ਤੰਗ ਹੈ ਪੰਜਾਬੀ? ਜੀ ਜੀ, ਤੋ ਬਿਲਕੁਲ ਐਸਾ, ਹੱਥ ਵੀ ਤੰਗ ਹੈ, ਆਪਣੇ ਪੈਂਟ ਵੀ ਬੜੀ ਤੰਗ ਪਹਿਨੀ ਹੋਈ ਹੈ, ਮੁਝੇ ਤਾਂ ਸਮਝ ਨਹੀਂ ਲੱਗਦੀ ਆਪਨੇ ਪਤਾ ਨਹੀਂ ਐਸੇ ਨੀਚੇ ਦੋ ਬੰਦੋ ਕੋ ਖੜਾ ਕੀਆ ਹੋਗਾ, ਉੱਪਰ ਸੇ ਜੰਪ ਮਾਰਾ ਹੋਗਾ, ਕਰਾਊਂ ਕਰਕੇ ਆਪ ਪੈਂਟ ਕੇ ਅੰਦਰ ਆ ਗਏ ਹੋਗੇ। ਅਗਲਾ ਸਵਾਲ ਮੇਰੀ ਤਰਫ ਸੇ ਆਪਕੋ, ਆਪ ਜਰਾ ਸਵਾਲ ਸੁਣੇ, ਕੋ ਨਜ਼ਰ ਨਹੀਂ ਆ ਰਹਾ ਕਿਆ ਉਨਕੋ ਪੈਂਟ, ਪੈਂਟ ਨਜ਼ਰ ਨਹੀਂ ਆ ਰਹੀ? ਅਬਦੁੱਲਾ ਨਹੀਂ, ਪੈਂਟ ਨਹੀਂ ਨਜ਼ਰ ਆ ਰਹੀ? ਚਲੋ ਹਮ ਅਲਗ ਸੇ ਇੱਕ ਸ਼ਾਟ, ਅਲਗ ਸੇ ਸ਼ਾਟ ਲੈ ਲੈਣਾ ਅਬਦੁੱਲਾ ਇਨਕਾ ਜ਼ਰਾ, ਠੀਕ ਹੈ ਨਾ, ਪੈਂਟ ਵਾਲਾ, ਠੀਕ ਹੋ ਗਿਆ ਨਾ। ਓਕੇ, ਲੱਗਤਾ ਮੂੰਹ ਵੀ ਬੜਾ ਧੋ ਕੇ ਆਏ ਅੱਜ, ਹਾਂ ਕਾਫੀ ਅੱਛਾ ਮੂੰਹ ਲੱਗ ਰਿਹਾ, ਠੀਕ ਹੋ ਰਹਿਤਾ ਹੈ, ਬਿਲਕੁਲ ਅੱਛਾ। ਮੇਰਾ ਅਗਲਾ ਆਪਸੇ ਸਵਾਲ ਇਹ ਹੈ ਕਿ ਇੱਕ ਮਿੰਟ ਮੈਂ ਸਵਾਲ ਦੇਖ ਹੀ ਲੂੰ, ਮੈਨੂੰ ਲਿਖੇ ਤੇ 12:31 ਦੇ ਸਵਾਲ ਜਿਹੜਾ ਸੀਗਾ ਉਹ ਇਹ ਹੈ ਜੀ, ਸਵਾਲ ਮੇਰਾ ਇਹ ਹੈ ਕਿ ਅਗਰ ਉਧਰੋਂ ਆਇਆ ਸੀ, ਹਾਂਜੀ ਉਧਰੋਂ ਹੀ ਸਵਾਲ ਆਇਆ ਸੀ ਜਿਹੜਾ ਪਿੱਛੋਂ ਦੀ ਹੋ ਕੇ ਆਇਆ ਸੀ। ਅੱਛਾ, ਅਗਲਾ ਮੇਰਾ ਸਵਾਲ ਇਹ ਹੈਗਾ ਤੁਹਾਡੇ ਕੋਲ ਕਿ ਅਗਰ ਇੱਕ ਲੜਕਾ, ਠੀਕ ਹੈ, ਇੱਕ ਲੜਕੀ ਦੇ ਪਿੱਛੇ ਬਲੇਡ ਬਲੂਡ ਮਾਰ ਲਵੇ, ਕਿ ਇਹ ਠੀਕ ਹੈ ਕਿ ਨਹੀਂ? ਬੇਵਕੂਫ ਆਦਮੀ ਹੈ। ਕਿਉਂ? ਜਾਹਿਲ ਆਦਮੀ ਹੈ। ਨਹੀਂ, ਉਹ ਤਾਂ ਕਹਿੰਦਾ ਹੈ ਕਿ ਮੈਨੂੰ ਬੜੀ ਮੁਹੱਬਤ ਹੈ ਤੇਰੇ ਨਾਲ, ਮੈਂ ਤੇਰੇ ਖਾਤਰ ਜਾਨ ਵੀ ਦੇ ਸਕਦਾ, ਹੁਣ ਉੱਥੇ ਜਾਨ ਦੇ ਰਿਹਾ ਹੈ ਅਤੇ ਫਿਰ ਬੇਵਕੂਫੀ ਕਿੱਦਾਂ ਹੋ ਸਕਦੀ? ਦੇ ਕੇ ਨਿਕਲੇ ਫਿਰ ਅਗਲੇ ਪਾਸੇ, ਇੱਥੇ ਕੀ ਲੈਣ ਰੁਕਿਆ? ਨਹੀਂ, ਜਾਂ ਦੱਸ ਕਿਉਂ ਰਿਹਾ ਕਿ ਮੈਂ ਮਾਰਨ ਲੱਗਾ? ਪਹਿਲੇ ਇਹ ਤਾਂ ਦੱਸੋ ਮੈਨੂੰ, ਉਹ ਜੋ ਵੀ ਬੰਦਾ ਭਈਆ, ਜੋ ਵੀ ਬੰਦਾ ਬਤਾ ਕੇ ਕਰੇਗਾ ਨਾ ਕਿ ਮੈਂ ਇਹ ਕਰਨੇ ਲਗਾਂ ਔਰ ਮੈਂ ਜਾਣੇ ਲਗਾਂ, ਉਸਕੇ ਪਿੱਛੇ ਉਸਕੀ ਜੋ ਮਨਸ਼ਾ ਹੈ, ਜੋ ਹਮ ਸਾਈਕੋਲੋਜੀਕਲ ਐਨਾਲਿਸਿਸ ਦੇਤੇ ਹੈ, ਉਸਕੀ ਮਨਸ਼ਾ ਜਾਣੇ ਕੀ ਨਹੀਂ ਹੈ, ਉਸਕੀ ਮਨਸ਼ਾ ਰੁਕਨੇ ਕੀ ਹੈ, ਔਰ ਉਸਸੇ ਜ਼ਿਆਦਾ ਬੜੀ ਮਨਸ਼ਾ ਉਸਕੀ ਹੈ ਕਿ ਮੁਝੇ ਰੋਕ ਲਓ, ਅਤੇ ਫਿਰ ਮਤਲਬ ਜਦੋਂ ਜਾਣੇ ਹੀ ਹੈ ਤੇ ਫਿਰ ਜਾਓ, ਦੱਸੋ ਹੀ ਨਾ, ਕੰਮ ਇੰਝ ਦਾ ਕਰੋ ਜਿਹੜਾ ਪੱਕਾ ਹੋਵੇ, ਰੁਕਣਾ ਨਹੀਂ ਚਾਹੀਦਾ, ਫਿਰ ਜਾਣਾ ਤੇ ਫਿਰ ਜਾਓ, ਰੁਕਣਾ ਤੇ ਫਿਰ ਕਹੋ ਰੋਕ ਲਓ ਜਾਂ ਕੁਛ ਕਰੋ, ਇਹ ਬਕਵਾਸ। ਦੇਖੇ ਨਾਜ਼ਰੀਨ, ਇਹਨਾਂ ਨੇ ਕਿੰਨਾ ਅੱਛਾ ਜਵਾਬ ਦਿਆ, ਮੁਝੇ ਕੱਖ ਸਮਝ ਨਹੀਂ ਆਈ ਕਿ ਇਸਕਾ ਕਿਆ ਜਵਾਬ ਹੋਣਾ ਚਾਹੀਏ ਤਾਂ, ਮੇਰੇ ਪੱਲੇ ਗੱਲ ਪੈ ਹੀ ਨਹੀਂ ਰਹੀ ਬਿਲਕੁਲ। ਇਹ ਤੁਹਾਨੂੰ ਅਗਰ ਸਮਝ ਲੱਗ ਰਹੀ ਤਾਂ ਤੁਸੀਂ ਬਾਅਦ 'ਚ ਮੈਨੂੰ ਮੈਸੇਜ ਕਰਨਾ ਅਤੇ ਇਹ ਜਵਾਬ। ਨਹੀਂ, ਇੱਕ ਮਿੰਟ, ਮੈਂ ਥੋੜ੍ਹਾ ਕ੍ਰੋਸ ਕੁਐਸਚਨ ਕਰ ਲੈਂਦਾ, ਆਪਣੇ
काटने पीटने की कोशिश की थी अपने आप को? जी मैंने तो काटने पीटने की कोशिश नहीं की थी बिल्कुल भी, मैं वैसे ही ओवरऑल बात कर रहा हूँ। अच्छा नहीं, नहीं आपका कहने का मकसद है जो ये लोग, आपने जो बात की कि जो ये लोग हरकत करते हैं वो क्यों करते हैं, तो उसका मैंने आपको जवाब दे दिया कि बेवकूफी अगर आपने जाना है तो फिर आप पक्के पैरी पक्के होके फिर आप जाए और ऐसी खुदकुशी करें जिसमें बचने का चांस ही ना हो, ऐसी खुदकुशी ना करें जिसमें आप ये करें कि जी मैं मर भी जाऊं तो बच भी जाऊं तो मुझे कोई बचा भी ले। नहीं नहीं, मकसद ये कि नींद की गोलियां ना खाएं, ब्लेड ब्लूड ना मारें, एक दफा फायर मारें और सीधा खोपड़ी में मारें, मुंह में भी ना मारें बच जाएंगे। नहीं नहीं बिल्कुल सही गल कर रहे ने, बंदा कुछ मोहब्बत दिखाते 10 मंजिला बिल्डिंग पे चढ़ गया तो उन्हें छलांग मारी बच भी जाते जाएंगे, बच गया तो लंगड़ा होकर सारी जिंदगी मांगता है स्टेशन पे घर पे, उन्हें कह देना चल के चल मांग, ये गलत गल है ना बिल्कुल। और प्यार का इजहार करना एक बात है और प्यार प्रूव करना दूसरी बात है, प्रूव मर के या खून बहा के नहीं किया जाता, अगर उसको आपका प्यार की अहमियत होगी कदर होगी तो आपकी और तरीके देख लेगी, ये करने से ना आपको कुछ हासिल होगा और ना आप कुछ एस्टैब्लिश कर सकेंगे, अगर आप कुछ करेंगे इस तरह का तो दुनिया ही आपको बेवकूफ जाहिल और अहमक कहेगी जैसे मैं कह रहा हूँ, क्योंकि मैं इस वक्त दुनिया का एक हिस्सा हूँ। जी चले, आपने प्यार का जो लफ्ज इस्तेमाल किया है, आप क्या जाने प्यार के पे को, मिल जाए तो पाकीजा ना मिले थे की पे ना की और बंदा पगाना। अच्छा अगली बात मेरी आपसे ये है, आपने प्यार की बात की है तो क्या मोहब्बत में लड़के को पहले इजहार करना चाहिए कि लड़की को? जिसको पहले हो जाए वो कर दे, वो तो तीजे बंदे नु वेचो है ना, दो बंदे आपस कहानी पांदे चक तीजा कहंदा है मेरी हैगी, वो कहंदा मेरी हैगी, इंज होंदा नहीं ताडे नाल, सॉरी लोकां दे नाल नहीं होंदा कि जेड़ा आया विचों जे तुसी लेट करता वो लै गया, मतलब ओने उत्ते शबाशी वाला पुल पा दित्ता है ना, उत्ते ही है, एक अंग्रेजी दी मिसाल है, यू मिस आई हिट यू में, एक मिनट है मैं लिख लवा, मैं डोंट यू मिस डिक्शनरी तो इन द मतलब यू मिस आई हिट, यू मिस आई हिट होया नहीं ਤੁਹਾਡੇ ਨਾਲ ਇੰਜ ਦਾ ਮੇਰੇ ਨਾਲ ਨਹੀਂ, ਮੈਂ ਪੁੱਛ ਰਿਹਾ ਤੁਸੀਂ ਮੈਨੂੰ ਲੋਕ ਕੇ ਕਿੱਥੋਂ ਵੇਖਦੇ ਨੇ ਪਹਿਲੇ ਮੈਨੂੰ ਇਹ ਦੱਸੋ, ਤੁਸੀਂ ਮੈਂ ਪੁੱਛ ਰਿਹਾ ਕਿ ਅੱਜ ਮੈਂ ਤੁਸੀਂ ਕਹਿਣਾ ਨਹੀਂ ਦਿੰਦੇ, ਮੈਨੂੰ ਲੱਗਦਾ ਅਵਲ ਨੰਬਰ ਦੇ ਇਹਨਾਂ ਦੇ ਸੀਵੀ ਚ ਵੀ ਲਿਖਿਆ ਹੈ, ਇਹਨਾਂ ਦੇ ਜਿਹੜਾ ਐਕਸਟਰਾ ਸਕਿੱਲ ਉਹਨਾਂ ਚ ਚੋਰ ਲਿਖਿਆ, ਮੈਨੂੰ ਲੱਗਦਾ ਝਾਤੀਆਂ ਮਾਰ ਕੇ ਵੇਖਦੇ ਨੇ ਲੋਕਾਂ ਨੂੰ, ਸਿੱਧੀ ਜਿਹੜੀ ਗੱਲ ਹੈਗੀ, ਕੋਈ ਮੋਟੀਵੇਸ਼ਨ ਟ੍ਰੇਨਰ ਟ੍ਰੂਨਰ ਨਹੀਂ ਹੈਗਾ, ਸਾਡਾ ਕੰਮ ਹੀ ਦਿਮਾਗਾਂ ਚ ਘੁਸਣਾ ਹੈ। ਤੁਹਾਡਾ ਨਾਮ ਕੀ? ਯਕੂਬ ਦੱਸਿਆ ਸੀ ਤੁਸੀਂ ਆਪਣਾ ਨਾਮ? ਨਹੀਂ ਕੀ ਯਾਸਰ ਜਹਾਂਜ਼ੇਬ? ਜਹਾਂਜ਼ੇਬ ਯਾਰ ਜੀ, ਮਿਸ ਹਿਟ ਯਕੂਬ ਤੇ ਯਾਸਰ ਸਾਹਿਬ ਨੇ ਕੀਤੀ ਹੈ ਵਿੱਚ ਤੁਹਾਡੇ ਨਾਲ, ਹੈ ਬੜੇ ਉਹਨਾਂ ਦੇ ਨਾਲ ਲੈ ਰਹੇ ਹੋ, ਇਹ ਯਕੂਬ ਜਿਹੜਾ ਹੈਗਾ ਨਾ ਯਾਕੂਬ ਤੇ ਯਾ ਸਰ ਨਹੀਂ ਯਾਰ ਡਰਾਈਵ ਹੋ ਗਿਆ ਅੱਗੇ ਚੱਲ, ਯਾਕੂਬ ਨਹੀਂ ਯਾ ਸਰ, ਉਹ ਸਰ ਸੀਗੇ ਜਿਹੜੇ ਵਿੱਚ ਆ ਗਏ ਗੱਲ, ਇਸੇ ਵਜ੍ਹਾ ਤੋਂ ਮੈਂ ਯਾ ਸਰ ਪਾਇਆ ਵਿੱਚ। ਗੁੱਡ ਯੈਸ ਸਰ, ਯੈਸ ਸਰ, ਠੀਕ ਹੈ। ਅੱਛਾ ਆ ਰਹੇ ਹੋ ਹੁਣ, ਆ ਰਹੇ ਹੋ ਬਿਲਕੁਲ। ਅੱਛਾ ਚਲੋ, ਕਾਫੀ ਮੈਂ ਕਹਿ ਰਿਹਾ ਕਿ ਜਰਾ ਟਾਈਮ ਕਾਫੀ ਮਜ਼ਾ ਜਰਾ ਇੰਜ ਦੀ ਗੱਲ ਕਰ ਲਈ ਹੈ ਨਾ, ਜਿਹੜਾ ਲੋਕੀ ਵੀ ਮੁਸਤਫੀਦ ਹੋ ਜਾਣ ਜੇ ਜਨਰਲ। ਅੱਛਾ ਚਲੇ, ਇੱਕ ਓਵਰਆਲ ਇੱਕ ਸਵਾਲ ਆਪਸੇ ਪੁੱਛ ਲੈਤੇ ਹੈ, ਉਹ ਇਹ ਹੈ ਕਿ ਆਪਕੋ ਕਿਆ ਲੱਗਤਾ, ਮਤਲਬ ਆਪ ਕਿਆ ਕਹਿਣਾ ਚਾਹੇਂਗੇ ਕਿ ਮੁਹੱਬਤ ਕੇ ਬਾਰੇ ਮੇਂ ਜੋ ਰਿਲੇਸ਼ਨਸ਼ਿਪ ਹੋਤਾ ਹੈ ਉਸਮੇਂ ਲੋਕੋਂ ਕੋ ਦਰਦ ਵੀ ਮਿਲਤੇ ਹੈ, ਦੁੱਖ ਵੀ ਮਿਲਤੇ ਹੈ, ਲੋਕ ਹੈਪੀ ਵੀ ਹੋਤੇ ਹੈ, ਤੋ ਕੋਈ ਐਸਾ ਹਾਲ ਇਸਕਾ ਹੈ ਕਿ ਉਨਕੋ ਅਗਰ ਉਨਕਾ ਚਾਹਨੇ ਵਾਲਾ ਨਹੀਂ ਮਿਲ ਸਕਤਾ ਲੇਕਿਨ ਉਹ ਫਿਰ ਵੀ ਖੁਸ਼ ਰਹੇ? ਦੇਖੇ ਮੁਹੱਬਤ ਜੋ ਹੈ ਵੋ ਉਸਸੇ ਜ਼ਿਆਦਾ ਖੂਬਸੂਰਤ ਜਜ਼ਬਾ ਇਸ ਦੁਨੀਆ ਮੇਂ ਕੋਈ ਕਿਸੀ ਕੋਈ ਜਜ਼ਬਾ ਉਸਸੇ ਉੱਪਰ ਹੈ ਹੀ ਨਹੀਂ, ਮੁਹੱਬਤ ਕਾ ਜਜ਼ਬਾ ਸਭ ਮੇਂ ਖੂਬਸੂਰਤ ਜਜ਼ਬਾ ਹੈ, ਔਰ ਅਗਰ ਆਪਕੋ ਮਹਿਬੂਬ ਨਾ ਮਿਲੇ, ਵੋ ਸ਼ਖਸ ਆਪਕੀ ਜ਼ਿੰਦਗੀ ਮੇਂ ਨਾ ਹੋ ਔਰ ਆਪ ਉਸਕੋ ਹਾਸਿਲ ਕਰਨੇ ਕੀ ਹਰ ਮੁਮਕਿਨ ਕੋਸ਼ਿਸ਼ ਕਰੇਂ ਤੋ ਵੋ ਬੇਵਕੂਫੀ ਹੈ ਔਰ ਵੋ ਮੁਹੱਬਤ ਨਹੀਂ ਹੈ। ਮੁਹੱਬਤ ਹੋਤੀ ਹੈ ਜਿਸਕੋ ਆਪ ਕਹਤੇ ਹੈ ਕਿ ਅਨਕੰਡੀਸ਼ਨਲ ਲਵ ਜੋ ਹੋਤਾ ਹੈ ਉਸਕੇ ਸਾਥ ਕੰਡੀਸ਼ਨਸ ਅਟੈਚ ਨਹੀਂ ਹੋਤੀ ਕਿ ਇਹ ਸ਼ਖਸ ਮੁਝੇ ਮਿਲੇਗਾ ਤੋ ਮੇਰਾ ਇਹ ਜਜ਼ਬਾ ਹੋਗਾ, ਵੋ ਜਜ਼ਬਾ ਐਸਾ ਜਜ਼ਬਾ ਹੋਤਾ ਹੈ ਸੱਚੀ ਮੁਹੱਬਤ ਅਗਰ ਹੈ ਆਪਕੋ ਵੋ ਨਹੀਂ ਮਿਲਾ, ਸਟਿਲ ਯੂ ਬਲੈਸ ਦ ਪਰਸਨ, ਆਪ ਉਸਕੋ ਦੁਆਓਂ ਮੇਂ ਯਾਦ ਰੱਖਤੇ ਹੈ, ਨੇਕ ਦੁਆਓਂ ਮੇਂ ਯਾਦ ਰੱਖਤੇ ਹੈ ਔਰ ਉਸਕੇ ਲੀਏ ਨੇਕ ਤਮੰਨਾਏ ਰੱਖਤੇ ਹੈਂ, ਅਗਰ ਆਪ ਉਸਕੋ ਬਦਦੁਆਏਂ ਦੇਣਾ ਸ਼ੁਰੂ ਕਰ ਦੇ, ਬੁਰਾ ਭਲਾ ਕਹਿਣਾ ਸ਼ੁਰੂ ਕਰ ਦੇ, ਉਸਕੇ ਨਾ ਮਿਲਣੇ ਪੇ ਜਾਂ ਬਲੇਮ ਕਰਨਾ ਸ਼ੁਰੂ ਕਰ ਦੇ, ਇਹ ਮੇਰਾ ਖਿਆਲ ਹੈ ਜ਼ਿਆਦਤੀ ਆਪ ਆਪਣੇ ਸਾਥ ਵੀ ਕਰ ਰਹੇ ਹੈ ਔਰ ਉਸ ਸ਼ਖਸ ਕੇ ਸਾਥ ਵੀ ਕਰ ਰਹੇ। ਜੀ ਜੀ ਬਹੁਤ ਅੱਛਾ, ਇੱਕ ਮਿੰਟ ਮੇਰੀ ਜਾਨੂ ਕਾ ਫੋਨ ਆ ਗਿਆ, ਜਾਨੂ ਇਹ ਮੈਂ ਸਾਰੀ ਰਿਕਾਰਡਿੰਗ ਤੁਮੇ ਭੇਜੂੰਗਾ, ਤੁਮਨੇ ਦੇਖਣੀ ਵੀ ਹੈ ਸੁਣਨੀ ਵੀ ਹੈ ਔਰ ਅਗਲੀ ਦਫਾ ਆਪਣੇ ਅਲੱਗ ਸੇ ਮਿਲ ਕੇ ਚੁੰਮੀ ਵੀ ਲੈਣੀ ਹੈ। ਓਕੇ ਠੀਕ ਹੈ, ਬਾਏ, ਲਵ ਯੂ ਸੋ ਮਚ। ਓਕੇ ਨਾਜ਼ਰੀਨ, ਇਸ ਕੇ ਸਾਥ ਹੀ ਮੇਰੇ ਮੈਨੇ ਜਾਨੂ ਕੋ ਵੀ ਅੱਲਾ ਹਾਫਿਜ਼ ਬੋਲ ਦਿਆ ਔਰ ਆਪਕੋ ਵੀ ਮੈਂ ਅੱਲਾ ਹਾਫਿਜ਼ ਬੋਲ ਰਹਾ ਹੂੰ। ਤੋ ਆਪਕਾ ਨਾਮ ਕਿਆ ਥਾ? PG-18 ਬਤਾ ਦੇ, ਮਤਲਬ 18 ਸਾਲ ਸੇ ਕਮ ਅਫਰਾਦ ਨਾ ਦੇ। ਨਹੀਂ ਨਹੀਂ, ਇਹ ਵੀਡੀਓ ਹਰ ਇੱਕ ਕੇ ਲੀਏ ਹੈ, ਪੈਦਾ ਹੋਤੇ ਬੱਚੋ ਕੋ ਦਿਖਾਓ ਵੀਡੀਓ, ਕੋਈ ਮਸਲਾ ਨਹੀਂ, ਉਸਨੇ ਬੜੇ ਹੋ ਕੇ ਵੀ ਯਹੀ ਕਾਮ ਕਰਨੇ ਹੈ ਨਾ। ਤੋ ਲਿਹਾਜ਼ਾ ਨਾਜ਼ਰੀਨ, ਇਸ ਕੇ ਸਾਥ ਹੀ ਹਮ ਯਹਾਂ ਕੇ ਆਜ ਕੇ ਇਸ ਪੋਡਕਾਸਟ ਕੋ, ਮੇਰੀ ਗੱਲ ਸੁਣ ਲਓ, ਪਾਇਨ ਮੈਂ ਹੋਸਟ ਹਾਂ, ਮੇਰੀ ਕੋਈ ਗੱਲ ਹੀ ਨਹੀਂ ਸੁਣ ਰਿਹਾ। ਪੋਡਕਾਸਟ ਜੋ ਹੈ ਉਸਕੇ ਸਾਥ ਹੀ ਕਿਆ ਕਿਆ ਥਾ, ਪੋਡਕਾਸਟ ਕੋ ਹਮ ਅੱਲਾ ਹਾਫਿਜ਼ ਕਹਤੇ ਹੈ, ਸਾਰੇ ਵਿਊਰਸ ਕੋ ਅੱਲਾ ਹਾਫਿਜ਼ ਕਹਤੇ ਹੈ ਔਰ ਫਿਰ ਸੇ ਇੱਕ ਦਫ਼ਾ ਅੱਲਾ ਹਾਫਿਜ਼, ਅੱਲਾ ਹਾਫਿਜ਼।